ਜਗਬਾਣੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਵੱਲੋਂ ਬਜਟ ਪੇਸ਼ ਕੀਤਾ ਗਿਆ ਤਾਂ ਉਸ ਬਜਟ ਨੂੰ ਕੈਬਨਿਟ ਮੰਤਰੀ ਕਿਵੇਂ ਦੇਖਦੇ ਨੇ? ਸਾਡੇ ਨਾਲ ਗੱਲਬਾਤ ਕਰਨ ਲਈ ਜਿੰਪਾ ਜੀ ਮੌਜੂਦ ਨੇ। ਜਿੰਪਾ ਜੀ, ਜੋ ਬਜਟ ਪੇਸ਼ ਹੋਇਆ ਹੈਗਾ 2 ਲੱਖ ਕਰੋੜ ਤੋਂ ਪਾਰ ਦਾ ਬਜਟ ਹੈਗਾ, ਇਸ ਬਜਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਬਿਹਤਰੀਨ ਬਜਟ ਹੈ। ਸਰਕਾਰ ਨੇ ਕੋਈ ਟੈਕਸ ਨਹੀਂ ਲਗਾਇਆ, 600 ਯੂਨਿਟ ਲੋਕਾਂ ਨੂੰ ਮਾਫ਼, ਮੁਹੱਲਾ ਕਲੀਨਿਕ 823 ਖੋਲ੍ਹੇ ਆ ਜਿਹਦਾ 1 ਕਰੋੜ ਲੋਕ ਲਾਭ ਲੈ ਚੁੱਕੇ ਆ, 80 ਤਰ੍ਹਾਂ ਦੀਆਂ ਦਵਾਈਆਂ ਹੋਸਪਿਟਲ 'ਚ, ਦਵਾਈਆਂ ਫ੍ਰੀ, 40 ਤਰ੍ਹਾਂ ਦੇ ਟੈਸਟ, SSF ਫੋਰਸ, ਨਵੀਆਂ ਗੱਡੀਆਂ ਲੋਕਾਂ ਦੀ ਸੜਕ ਸੁਰੱਖਿਆ ਲਈ ਖੜੀਆਂ, ਔਰ ਆਪਾਂ ਜਿੱਧਰ ਵੀ ਚੱਲ ਜਾਈਏ ਐਜੂਕੇਸ਼ਨ ਸੈਕਟਰ ਚੱਲ ਜਾਈਏ, ਹੈਲਥ ਸੈਕਟਰ ਤੁਹਾਨੂੰ ਗੱਲ ਕਰਤੀ, ਹੈਲਥ ਸੈਕਟਰ ਦੇ ਵਿੱਚ ਬਹੁਤ ਕੁਛ ਐਲੋਕੇਟ ਹੋਇਆ। ਸੋ ਇਟ ਮੀਨਸ ਰੋਡਸ ਦੇ ਲਈ, ਫਾਰਮਰਸ ਦੇ ਲਈ, ਹਰੇਕ ਸੈਕਟਰ ਲਈ, ਡਿਜ਼ਾਸਟਰ ਮੈਨੇਜਮੈਂਟ ਦੇ ਲਈ, ਫਿਰ ਪਬਲਿਕ ਹੈਲਥ ਦੇ ਲਈ, ਕਿਹੜਾ ਸੈਕਟਰ ਹੈ ਜਿਹਨੂੰ ਪੈਸੇ ਜਿਹੜੇ ਇਸ ਬਜਟ ਨੇ ਨਹੀਂ ਦਿੱਤੇ? ਤਾਂ ਲੋਕ ਇਸ ਬਜਟ ਤੋਂ ਖੁਸ਼ ਹੈ। ਮਾਨਯੋਗ ਮੁੱਖ ਮੰਤਰੀ ਲੀਡਰਸ਼ਿਪ 'ਚ FM ਸਾਹਿਬ ਨੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ, ਵੱਡੀ ਕਾਮਯਾਬੀ ਹੈ ਮੈਂ ਕਹਿ ਸਕਦਾ। ਤੁਹਾਡੇ ਕੋਲ ਰੈਵਨਿਊ ਡਿਪਾਰਟਮੈਂਟ ਵੀ ਹੈਗਾ, ਤੁਸੀਂ ਕਿਵੇਂ ਦੇਖਦੇ ਹੋ ਕਿ ਹੋਰ ਰੈਵਨਿਊ ਵਧਾਉਣ ਦੇ ਲਈ ਤੁਹਾਡੇ ਵਿਭਾਗ ਵੱਲੋਂ ਜਾਂ ਕਿਸ ਤਰੀਕੇ ਦੀ ਪਲੈਨਿੰਗ ਕੀਤੀ ਜਾ ਰਹੀ ਹੈ? ਸੋ ਮੈਂ ਕਹਿ ਸਕਦਾ ਵੀ ਰੈਵਨਿਊ 'ਤੇ ਉਦੋਂ ਲੋਕ ਵੱਧਦਾ, ਸਟੰਪ ਡਿਊਟੀ ਉਦੋਂ ਗੌਰਮੈਂਟ ਕੋਲ ਜ਼ਿਆਦਾ ਜਾਂਦੀ ਜਦੋਂ ਲੋਕ ਜ਼ਮੀਨ ਦੀ ਖਰੀਦੋ ਫਰੋਖਤ ਜ਼ਿਆਦਾ ਕਰਦੇ ਆ। ਲੋਕਾਂ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ 'ਤੇ ਵਿਸ਼ਵਾਸ ਹੈ। ਲੋਕ ਅੱਗੇ ਪਿਛਲੇ ਸਾਲ ਦੇ ਨਾਲੋਂ ਸਟੰਪ ਡਿਊਟੀ ਅਗਰ ਜ਼ਿਆਦਾ ਆ ਰਹੀ, ਲੋਕ ਜ਼ਿਆਦਾ ਖਰੀਦ ਫਰੋਖਤ ਕਰ ਰਹੇ ਆ। ਇਟ ਮੀਨਸ ਹੈ ਲੋਕ ਸੈਟਿਸਫਾਈ ਹੈ ਸਰਕਾਰ ਦੇ ਕੰਮ ਤੋਂ, ਔਰ ਜਿਹੜੀਆਂ ਔਨਲਾਈਨ ਸਰਵਿਸਿਜ਼ ਅਸੀਂ ਚਾਲੂ ਕੀਤੀਆਂ ਜਿਹਦੇ 'ਚ ਤੁਸੀਂ ਅਗਰ ਫਰਜ਼ ਕਰ ਲਓ ਕੋਈ ਐਗਰੀਮੈਂਟ ਲਿਖਣਾ, ਅੱਧੀ ਰਾਤ ਨੂੰ ਤੁਹਾਨੂੰ ਕੋਈ ਸਟੰਪ ਪੇਪਰ ਦੀ ਲੋੜ ਪੈਂਦੀ ਹੈ। ਅੱਗੇ ਲੋਕ ਰਸੀਦੀ ਟਿਕਟ ਰੱਖਦੇ ਹੁੰਦੇ ਸੀ, ਤੁਸੀਂ 500 ਰੁਪਏ ਦਾ ਡਾਊਨਲੋਡ ਕਰ ਸਕਦੇ, ਤੁਸੀਂ ਜਿਹੜਾ ਮਰਜ਼ੀ ਐਗਰੀਮੈਂਟ ਲਿਖ ਲਓ। ਇੱਕ ਕੱਲ੍ਹ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕਿਆ ਜਿਹੜੇ ਆਜ਼ਾਦ ਵਿਧਾਇਕ ਹੈਗੇ ਨੇ ਕਿ ਜਿਹੜੇ ਹੜ੍ਹਾਂ ਦੇ ਦੌਰਾਨ ਕਿਸਾਨਾਂ ਦੀ ਫਸਲਾਂ ਖਰਾਬ ਹੋਈਆਂ, ਉਹਨਾਂ 'ਚ ਰੇਤਾ ਭਰ ਗਿਆ, ਤਾਂ ਮੁੱਖ ਮੰਤਰੀ ਨੇ ਜਵਾਬ ਵੀ ਦਿੱਤਾ ਕਿ ਉਹ ਕਿਸਾਨ ਹੁਣ ਰੇਤ ਉਹ ਵੇਚ ਸਕਦੇ ਨੇ ਜਿਹਦੇ ਨਾਲ ਜਿਹੜਾ ਨੁਕਸਾਨ ਹੋਇਆ ਪੂਰਾ ਕਰ ਸਕਦੇ ਨੇ, ਉਹ ਰੂਪ ਰੇਖਾ ਕੀ ਰਹੇਗੀ? ਉਹ ਡੈਫੀਨੇਟਲੀ ਡਿਜ਼ਾਸਟਰ ਮੈਨੇਜਮੈਂਟ 'ਚ ਨਹੀਂ ਉਹ ਆਏਗਾ, ਲੇਕਿਨ ਉਹ ਇਰੀਗੇਸ਼ਨ 'ਚ ਆਏਗਾ, ਮਾਈਨਿੰਗ ਦੇ ਵਿੱਚ, ਲੇਕਿਨ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਏਗੀ ਉਹਨਾਂ ਦੇ ਆਪਣੇ ਖੇਤਾਂ 'ਚ ਚੱਕਣ ਦੀ, ਤਾਂ ਕਿ ਆਪਣਾ ਉਹਨਾਂ ਦਾ ਖੇਤ ਵੀ ਅੱਛੀ ਤਰ੍ਹਾਂ ਨਾਲ ਕੱਲ੍ਹ ਨੂੰ ਫਸਲ ਉਗਾ ਸਕਣ, ਔਰ ਉਹਨਾਂ ਨੂੰ ਉਹ ਮੁੱਖ ਮੰਤਰੀ ਜੀ ਇੱਥੇ ਤਾਂ ਕਹਿ ਤਾ ਵੀ ਰੇਤਾ ਵੀ ਉਹ ਵੇਚ ਸਕਦੇ ਆ ਆਪਣੇ ਜੀ, ਉਹ ਆਪਣੇ ਯੂਜ਼ 'ਚ ਲਿਆ ਸਕਦੇ। ਆਖਰੀ ਸਵਾਲ ਹੈ ਮੇਰਾ, ਜਿਸ ਤਰੀਕੇ ਨਾਲ ਸਰਕਾਰ ਬਣਨ ਤੋਂ ਪਹਿਲਾਂ ਤੁਹਾਡੀ ਸੀਨੀਅਰ ਲੀਡਰਸ਼ਿਪ ਨੇ ਹਾਈ ਕਮਾਨ ਵੀ ਕਹਿੰਦੀ ਰਹੀ ਹੈ ਕਿ ਚਾਹੇ ਮਾਈਨਿੰਗ ਹੋਵੇ ਉਹਦੇ 'ਚ ਆਪਾਂ 1000 ਕਰੋੜ ਰੁਪਏ ਦਾ ਰੈਵਨਿਊ ਲਿਆ ਸਕਦੇ ਹੈਗੇ ਹਾਂ, ਤਾਂ ਅੱਜ ਵਿੱਤ ਮੰਤਰੀ ਉਹਨਾਂ ਨੇ ਵੀ ਕਿਹਾ ਕਿ ਲੀਕਰ ਦੇ ਵਿੱਚ ਜਿਹੜਾ ਹੈਗਾ 5 ਦਾ ਅੰਕੜਾ ਜਿਹੜਾ ਹੈਗਾ, 5 ਡਿਜਿਟ ਦਾ ਉਹ ਪਾਰ ਹੋਇਆ ਹੈਗਾ, 10000 ਕਰੋੜ ਤੋਂ ਪਾਰ ਦਾ ਜਿਹੜਾ ਹੈਗਾ ਰੈਵਨਿਊ ਆ ਰਿਹਾ, ਵੀ ਜਿਹੜੀ ਸਮਗਲਿੰਗ ਹੁੰਦੀ ਸੀ ਲੀਕਰ ਦੀ ਉਹ ਕਿਤੇ ਨਾ ਕਿਤੇ ਘਟੀ ਹੈਗੀ ਹੈ, ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਕੀ ਕਿਸ ਤਰੀਕੇ ਦਾ ਜਾਂ ਕਿਸ ਤਰੀਕੇ ਦਾ ਟਾਰਗੇਟ ਜਿਹੜਾ ਹੈਗਾ ਉਹ ਸੈੱਟ ਕੀਤਾ ਗਿਆ ਹੈਗਾ ਕਿ ਕਰਨਾ ਹੈਗਾ, ਕਿਉਂਕਿ ਕਰਜ਼ਾ ਜਿਹੜਾ ਹੈਗਾ ਉਹ ਵੀ ਤੁਹਾਡੀ ਸਰਕਾਰ ਵੀ ਲੈ ਰਹੀ ਹੈ, ਉਹ ਘਟਾਉਣਾ ਵੀ ਹੈਗਾ? ਦੇਖੋ, ਜਿੱਥੇ ਲੋਕਾਂ ਨੂੰ ਅੱਛੀ ਲੀਕੁਅਰ ਕੁਆਲਿਟੀ ਇਸ ਵੇਲੇ ਮੁਹੱਈਆ ਹੋ ਰਹੀ ਹੈ, ਲੋਕ ਮਾੜੀ ਸ਼ਰਾਬ ਤੋਂ ਬਚੂਗੇ ਕਿਉਂਕਿ ਪੀਣ ਵਾਲੇ ਨੇ ਤਾਂ ਪੀਣੀ ਹੈ, ਸਰਕਾਰ ਕੋਈ ਕਹਿਣ 'ਤੇ ਵੀ ਨਹੀਂ ਰੁਕਦੇ, ਨਸ਼ੇ ਕਰ ਤੋਂ ਨਹੀਂ ਕਈ ਵਾਰੀ ਰੁਕਦੇ ਸਰਕਾਰ, ਲੇਕਿਨ ਅੱਛੀ ਸ਼ਰਾਬ ਦਾ ਮੁਹੱਈਆ ਹੋਣਾ ਇਹ ਵੀ ਸਰਕਾਰ ਦੀ ਕਾਮਯਾਬੀ, ਜਿੱਥੇ 10000 ਕਰੋੜ ਦਾ ਰੈਵਨਿਊ ਸਰਕਾਰ ਨੂੰ ਆਉਣਾ ਉਹ ਵੀ ਇੰਪੋਰਟੈਂਟ ਹੈ, ਸਰਕਾਰ ਦੇ ਖਜ਼ਾਨੇ ਜਾਣ, ਉਹ ਲੋਕ ਅੱਛੀ ਸ਼ਰਾਬ ਵੀ ਲੋਕਾਂ ਨੂੰ, ਅਗਰ ਲੋਕ ਦੇਖੋ ਜਿਹਨੇ ਪੀਣੀ ਆ ਉਹਦੀ ਉਹਨੇ ਆਪਣੀ ਹੈਲਥ ਦਾ ਖਿਆਲ ਵੀ ਰੱਖਣਾ, ਤਾਂ ਉਹ ਅੱਛੀ ਲੋਕ ਸ਼ਰਾਬ ਪੀਣ ਨੂੰ, ਅੱਜ ਲੋਕਾਂ ਨੂੰ ਸਰਕਾਰ ਨੇ ਦੇਖਿਆ ਵੀ ਲੋਕ ਅੱਛੇ ਬ੍ਰਾਂਡ ਦੀ ਸ਼ਰਾਬ ਵੀ ਪੀਣ, ਕੋਈ ਗੱਲ ਨਹੀਂ। ਉਹਦੇ ਨਾਲ ਰੈਵਨਿਊ ਵਧੇਗਾ, ਲੇਕਿਨ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ, ਉਹਦੇ ਨਾਲ ਲੋਕਾਂ ਨੂੰ ਕੋਈ
1 ਲੱਖ ਰੁਪਏ ਦੇ ਉੱਤੇ 250 ਰੁਪਈਆ ਲਗਾਇਆ ਗਿਆ। 1 ਲੱਖ ਰੁਪਏ ਦੇ ਉੱਤੇ 250 ਰੁਪਈਆ ਸਿਰਫ ਉਹਨੂੰ ਦੇਣਾ ਪੈਣਾ, ਕੁਛ ਵੀ ਹੈ ਨਹੀਂ ਲੋਕ ਉਹਨੂੰ। ਉਹ ਤਾਂ ਸਰਕਾਰ ਐਕਚੁਅਲੀ ਕਿ ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਅੱਗੇ ਬੈਂਕ ਜਿਹੜਾ ਦੱਸਦੇ ਨਹੀਂ ਸੀ ਕੁਛ ਵੀ ਲੋਕਾਂ ਨੂੰ, ਲੋਕ ਕਰਜ਼ੇ ਲੈ ਲੈਂਦੇ ਸੀ ਅਤੇ ਉਹ ਬੈਂਕ ਅੱਗੇ ਦੱਸਦੇ ਨਹੀਂ ਸੀ, ਬੈਂਕ ਆਪਣੇ ਚਾਰਜਿਸ ਲੈ ਲੈਂਦੇ, ਇਹਨਾਂ ਸਰਕਾਰ ਨੂੰ ਰੈਵਨਿਊ ਵਧਿਆ। ਤਾਂ ਇਹ ਸਨ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ। ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ ਉਹ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਕਰਜ਼ਾ ਮੁਕਤ ਹੋਵੇਗਾ ਅਤੇ ਰੈਵਨਿਊ ਲਗਾਤਾਰ ਹਰ ਵਿਭਾਗ ਦੇ ਵਿੱਚ ਵਧੇਗਾ। ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰਨ ਭੱਟ।